ਦੋਸਤੋ ਸਵਾਗਤ ਹੈ ਇੱਕ ਹੋਰ ਅਪਡੇਟ ਦੇ ਵਿੱਚ। ਨਵੇਂ ਸਾਲ 'ਤੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਲੈ ਕੇ ਸਾਰੇ ਹੀ ਫੈਨ ਅਸਮੰਜਸ ਦੇ ਵਿੱਚ ਨੇ। ਕੋਈ ਕਹਿ ਰਿਹਾ ਵੀ 5 ਜਨਵਰੀ ਨੂੰ ਗਾਣਾ ਆਵੇ ਅਤੇ ਕੋਈ ਕਹਿ ਰਿਹਾ ਵੀ 15 ਜਨਵਰੀ ਨੂੰ ਗਾਣਾ ਆਵੇਗਾ। ਅਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਓਫੀਸ਼ਲੀ ਅਨਾਊਂਸਮੈਂਟ ਕੀਤੀ ਸੀ ਵੀ 6 ਮਹੀਨੇ ਬਾਅਦ ਇੱਕ ਗਾਣਾ ਆਇਆ ਕਰੇਗਾ। ਬਟ ਇੱਕ ਇੰਟਰਵਿਊ ਦੀ ਕਲਿੱਪ ਆ ਜਿਹੜੀ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਜੀ ਹਾਂ ਦੋਸਤੋ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਕਹਿੰਦੇ ਦਿਖਾਈ ਦੇ ਰਹੇ ਨੇ ਵੀ 2-2 ਮਹੀਨੇ ਬਾਅਦ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਕਰੇਗਾ। ਹੁਣ ਦੋਸਤੋ ਗਾਣਾ ਆ ਕੇ ਹੀ ਹਟਿਆ ਸਿੱਧੂ ਮੂਸੇਵਾਲੇ ਦਾ ਵਾਚ ਆਊਟ ਨਵੰਬਰ ਦੇ ਵਿੱਚ, ਅਤੇ ਦੋਸਤੋ ਹੁਣ 2 ਮਹੀਨੇ ਬਾਅਦ ਗਾਣਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਹੈ, ਤੁਸੀਂ ਪਹਿਲਾਂ ਉਹ ਜ਼ਰੂਰ ਸੁਣੋ ਕਲਿੱਪ। ਅਸੀਂ ਵੈਸੇ ਤਾਂ ਮੈਂ ਲਗਭਗ ਗੱਲ ਕਰਦਾ ਹੀ ਰਹਿੰਦਾ, ਬੜੇ ਲੋਕ ਮੇਰੇ ਨਾਲ ਐਡ ਨੇ ਉਹਨੂੰ ਕਰਦਾ ਰਹਿੰਦਾ, ਪਰੰਤੂ ਤੁਹਾਡੇ ਮਾਧਿਅਮ ਨਾਲ ਵੀ ਮੈਂ ਗੱਲ ਦੱਸਣੀ ਚਾਹੁੰਦਾ ਵੀ ਜਿਹੜੇ ਉਹਦੇ ਪ੍ਰੋਜੈਕਟ ਹੈ ਉਹ ਆਪਾਂ 2-2, 4-4 ਮਹੀਨਿਆਂ ਬਾਅਦ ਜਿਹੜਾ ਉਹਦਾ ਗਾਣਾ ਛੱਡਦੇ ਰਹਾਂਗੇ ਅਤੇ ਗਾਣਾ। ਤਾਂ ਦੋਸਤੋ ਤੁਸੀਂ ਸੁਣ ਹੀ ਲਿਆ ਆ, ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ। 2-2 ਮਹੀਨੇ 4-4 ਮਹੀਨੇ ਬਾਅਦ ਗਾਣਾ ਆਵੇਗਾ, ਯਾਨੀ ਕਿ ਸਾਲ ਦੇ ਵਿੱਚ ਘੱਟੋ ਘੱਟ 4-5 ਗਾਣੇ ਸਿੱਧੂ ਮੂਸੇਵਾਲੇ ਦੇ ਦੇਖਣ ਨੂੰ ਜ਼ਰੂਰ ਮਿਲੂੰਗੇ ਤੁਹਾਨੂੰ। ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ।